ਤੁਹਾਨੂੰ ਕੀ ਲੱਗਦਾ ਕਿ ਅਗਰ ਦਿੱਲੀ ਵੱਲ ਨੂੰ ਅਸੀਂ ਚਾਲੇ ਪਾਉਂਦੇ ਹਾਂ ਤਾਂ ਇਹਨਾਂ ਫਰਕ ਪਏਗਾ ਤੇ ਤੁਸੀਂ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੁੰਨੇ ਹੋ? ਬਿਲਕੁਲ, ਮੈਂ ਸਮਝਦਾ, ਦੇਖੋ ਮੈਂ ਤੁਹਾਨੂੰ ਸ਼ੁਰੂ 'ਚ ਵੀ ਕਿਹਾ ਵਾ ਕਿ ਆਪਣੇ ਕੋਲ ਪੀਸਫੁਲ ਪ੍ਰੋਟੈਸਟ ਤੋਂ ਇਲਾਵਾ ਹੋਰ ਰਾਹ ਕੀ ਆ? ਜੇ ਆਪਾਂ ਡਾਂਗਾ ਚੱਕਦੇ ਫੇਰ ਕਹਿੰਦੇ ਜੀ ਐਂਟੀ ਨੈਸ਼ਨਲ ਆ, ਫਿਰ ਇਹ ਖਾਲਿਸਤਾਨੀ ਨੇ, ਫਿਰ ਸਾਡੇ 'ਤੇ ਜੁਆਪਾ ਲਾ ਦਿੰਦੇ ਨੇ। ਉਹ ਕਹਿੰਦੇ ਅਸੀਂ ਹਿੱਕ ਠੋਕ ਕੇ ਕਹਿੰਦੇ ਹਾਂ ਕਿ ਅਸੀਂ ਤੁਹਾਨੂੰ ਕੋਲਾ ਨਹੀਂ ਦੇਣਾ, ਅਸੀਂ ਤੁਹਾਨੂੰ ਖਾਦਾਂ ਨਹੀਂ ਦੇਣੀਆਂ ਜੇ ਤੁਸੀਂ ਸਾਡੀਆਂ ਸ਼ਰਤਾਂ ਨਹੀਂ ਮੰਨਦੇ। ਇਹ ਪਹਿਲੀ ਵਾਰ ਦੇਖ ਰਿਹਾ ਕਿ ਦੇਸ਼ ਦੇ ਫੈਡਰਲ ਢਾਂਚੇ ਵਿੱਚ ਇੱਕ ਸੈਂਟਰ ਦੀ ਸਰਕਾਰ ਆਪਣੀ ਹੀ ਸਟੇਟ ਨੂੰ ਇੱਦਾਂ ਟ੍ਰੀਟ ਕਰ ਰਹੀ ਜਿੱਦਾਂ ਅਸੀਂ ਕਿਸੇ ਦੁਸ਼ਮਣ ਦੇਸ਼ ਦੇ ਸੂਬਾ ਹੁੰਦੇ, ਅਸੀਂ ਭਾਰਤ ਦਾ ਸੂਬਾ ਹੀ ਨਹੀਂ ਹੁੰਦੇ, ਇੱਦਾਂ ਦਾ ਵਤੀਰਾ ਉਹਨਾਂ ਦਾ, ਔਰ ਇਹਦੇ ਬੜੇ ਭੈੜੇ ਨਤੀਜੇ ਨਿਕਲਣਗੇ। ਤਰੱਕੀ ਨਹੀਂ ਕਰ ਸਕਦਾ। ਅਤੇ ਸ਼ੰਭੂ ਮੋਰਚੇ ਤੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਵੀ ਬੇਨਤੀ ਕੀਤੀ ਗਈ ਸੀ, ਤੁਹਾਨੂੰ ਵੀ, ਬੈਂਸ ਬ੍ਰਦਰਸ ਨੂੰ ਵੀ ਕੀਤੀ ਗਈ ਸੀ, ਗਾਂਧੀ ਜੀ ਨੂੰ ਵੀ ਕੀਤੀ ਗਈ ਸੀ ਕਿ ਗੰਦੀ ਸਿਆਸਤ ਤੋਂ ਅਸੀਂ ਛੁਟਕਾਰਾ ਦਵਾਉਣਾ ਆ, ਚਾਹੇ ਉਹ ਬਾਦਲ ਨੇ ਜਾਂ ਕੈਪਟਨ ਸਰਕਾਰ ਹੈ ਜਾਂ ਭਾਜਪਾ ਹੈ ਜਾਂ ਨਵੇਂ ਆ ਝਾੜੂ ਵਾਲੇ ਨੇ, ਤੁਸੀਂ ਵੀ ਉਹਨਾਂ ਦੇ ਨਾਲ ਰਹੇ ਹੋ, ਛੋਟੇਪੁਰ ਹੋ ਗਏ, ਤੁਸੀਂ ਹੋ ਗਏ, ਸਾਰੇ ਇੱਕ ਮੰਚ ਦੇ ਉੱਤੇ ਇਕੱਠੇ ਹੋ ਸਕਦੇ। ਇਹਨਾਂ ਦੇ ਨਾਮ ਲੈਣਾ, ਤੁਸੀਂ ਉਹਨਾਂ ਨੂੰ ਪ੍ਰਾਈਵੇਟਲੀ ਪੁੱਛੋ ਕਿ ਕਿਸੇ ਨੇ ਐਫਰਟ ਕਦੀ ਕੀਤਾ ਵਾ ਇਹਨਾਂ ਨੂੰ ਸਭ ਨੂੰ ਇਕੱਠੇ ਕਰਨ ਦੀ। ਮੈਂ ਪਿਛਲੇ 8 ਮਹੀਨਿਆਂ ਤੋਂ ਘੱਟੋ ਘੱਟ 7-8 ਮੀਟਿੰਗਾਂ ਕਰ ਚੁੱਕੇ ਇਹਨਾਂ ਨਾਲ। ਅਨਫੋਰਚੁਨੇਟਲੀ ਸਾਰੇ ਹਾਂ ਵੀ ਕਰ ਜਾਂਦੇ ਨੇ, ਮੰਨ ਵੀ ਜਾਂਦੇ ਨੇ, ਇਹ ਵੀ ਜਾਣਦੇ ਨੇ ਕਿ ਇਕੱਲੇ ਇਕੱਲੇ ਲੜਾਈ ਲੜ ਕੇ ਫਾਇਦਾ ਕੋਈ ਨਹੀਂਗਾ, ਪਰ ਕਿਸੇ ਅੰਜਾਮ 'ਤੇ ਨਹੀਂ ਪਹੁੰਚਦੇ। ਇਹ ਮੈਂ ਤੁਹਾਨੂੰ ਔਨ ਕੈਮਰਾ ਕਹਿ ਰਿਹਾ, ਅੱਜ ਤੁਹਾਨੂੰ ਡਿਸਕਲੋਜ਼ ਕਰਨ ਗਿਆ, ਇਹ ਮੇਰੇ ਕੋਲ ਆਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੀ ਉਹ ਸਭ ਤੋਂ ਵੱਡਾ ਗਦਾਰ ਹੈ ਕੌਮ ਦਾ, ਜਿਹ ਤੋਂ ਜ਼ਿਆਦਾ ਕੀ ਹੈ? ਕੈਪਟਨ ਅਮਰਿੰਦਰ ਸਿੰਘ ਜਿੱਦਾਂ ਦੇ ਵੀ ਸਰਕਮਸਟਾਂਸਿਸ ਸੀਗੇ, ਦਿੱਲੀ ਦੀ ਲੋਕ ਸਭਾ ਦੀ ਕੀਤੀ ਹੋਈ ਧੱਕੇਸ਼ਾਹੀ ਦੇ ਖਿਲਾਫ, ਦਿੱਲੀ ਦੇ ਤਖ਼ਤ ਤੋਂ ਖਿਲਾਫ ਜਿਹੜਾ ਸੁਣਿਆ, ਘੱਟੋ ਘੱਟ ਉਹਨੇ ਇੰਨੀ ਕੁ ਹਿੰਮਤ ਕੀਤੀ ਆ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਉੱਥੇ ਮਤਾ ਪਾਸ ਕਰ ਦਿੱਤਾ ਉਲਟ। ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੂੰ ਸ਼ੁਰੂ ਤਾਂ ਮੈਂ ਵੀ ਚੰਗਾ ਸਮਝਿਆ ਸੀ ਜੀ, ਮੈਂ ਕਿਹਾ ਵੀ ਇਹ ਲੱਗਦਾ ਕਿ ਆਜ਼ਾਦ ਬੰਦਾ ਵਾ ਤੁਹਾਡਾ, ਤੁਸੀਂ ਤਾਂ ਅਕਾਲ ਤਖ਼ਤ ਦੇ ਜਥੇਦਾਰ ਹੋ, ਅਕਾਲ ਤਖ਼ਤ ਦਾ ਜਥੇਦਾਰ ਇੱਕ ਧਿਰ ਦਾ ਬੁਲਾਰਾ ਕਿਉਂ ਬਣ ਰਿਹਾ ਸੀਗਾ? ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਸੰਤਾਂ ਦਾ ਬਹੁਤ ਵੱਡਾ ਸੰਘਰਸ਼ ਹੈ, ਇਹਦੇ 'ਚ ਕੋਈ ਸ਼ੁਬਾ ਨਹੀਂਗਾ, ਬਹੁਤ ਵੱਡੀ ਕੁਰਬਾਨੀ ਅਤੇ ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਚਾਹੁੰਦੇ ਹਾਂ ਕਿ ਯੁਆਪਾ ਕਾਨੂੰਨ ਲੱਗੇ ਦੇ ਚੇਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ। ਅੱਜ ਅਸੀਂ ਸ਼ੰਭੂ ਮੋਰਚੇ ਤੇ ਖੜੇ ਹਾਂ ਤੇ ਸ਼ੰਭੂ ਮੋਰਚੇ ਤੇ ਹਾਜ਼ਰੀ ਭਰਨ ਵਾਸਤੇ ਸੁਖਪਾਲ ਸਿੰਘ ਖਹਿਰਾ ਜੀ ਪਹੁੰਚੇ ਨੇ। ਆਓ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੋਰਚੇ ਪੂਰੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ, ਤੁਸੀਂ ਉਹ ਜਿਹੜਾ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਪਹਿਲਾਂ ਹੁਣ ਪੰਜਾਬ ਦੇ ਪਾਣੀਆਂ ਦੇ ਹੱਕਾਂ ਨੂੰ ਲੈ ਕੇ ਆਵਾਜ਼ ਚੱਕੀ ਅਤੇ ਯੁਆਪਾ ਜਿਹੇ ਜਿਹੜੇ ਗੰਦੇ ਕਾਨੂੰਨ ਥੋਪੇ ਜਾ ਰਹੇ ਨੇ ਨੌਜਵਾਨੀ, ਉਹਨਾਂ ਦੇ ਖਿਲਾਫ਼ ਜੰਗ ਛੇੜੀ, ਪਰ ਇਹ ਜਿਹੜੀ ਜੰਗ ਹੁਣ ਸ਼ੁਰੂ ਹੋਈ ਹੈ, ਤੁਹਾਨੂੰ ਕੀ ਲੱਗਦਾ ਕਿ ਇਹਨੂੰ ਜਿੱਤਣ ਵਾਸਤੇ ਸਾਨੂੰ ਕਿਹੜੀ ਰਣਨੀਤੀ ਅਪਣਾਉਣੀ ਪੈਣੀ ਹੈ? ਦੇਖੋ, ਰਣਨੀਤੀ ਤਾਂ ਡੈਮੋਕਰੇਟਿਕ ਸਿਸਟਮ ਦੇ ਵਿੱਚ ਆਪਾਂ ਆਪਣਾ ਸ਼ਾਂਤਮਈ ਪ੍ਰੋਟੈਸਟ ਹੀ ਕਰ ਸਕਦੇ ਹਾਂ ਨਾ। ਉਹ ਸਾਰੇ ਪੰਜਾਬ ਦੇ ਵਿੱਚ ਲੱਖਾਂ ਲੋਕ ਪਿਛਲੇ 2 ਮਹੀਨਿਆਂ ਤੋਂ ਆਪਣਾ ਰੋਸ ਮੁਜ਼ਾਹਰਾ ਕਰ ਰਹੇ ਨੇ। ਸ਼ੰਭੂ ਮੋਰਚੇ ਸਮੇਤ 30 ਜਥੇਬੰਦੀਆਂ ਦਾ ਲਗਭਗ ਟੀਚਾ ਇੱਕ ਹੈ। ਠੀਕ ਹੈ, ਸ਼ੰਭੂ ਮੋਰਚੇ ਵਿੱਚ ਇੱਕ ਥੋੜ੍ਹੀ ਜਿਹੀ ਪੋਲੀਟੀਕਲ ਇਸ ਨੂੰ ਇਸ ਪ੍ਰੋਟੈਸਟ ਨੂੰ ਐਲਾਰਜਨ ਕੀਤਾ ਗਿਆ ਵਾ ਕਿ ਸਾਡਾ ਇਸ ਫੈਡਰਲ ਢਾਂਚੇ ਵਿੱਚ ਜਿਹੜਾ ਸਾਡੇ ਅਸਲ ਹਕੂਕ ਨੇ ਉਹ ਸਾਨੂੰ ਸਾਰੇ ਦਿੱਤੇ ਜਾਣੇ ਚਾਹੀਦੇ। ਮੈਂ ਉਸ ਨਾਲ ਵੀ ਸਹਿਮਤ ਹਾਂ, ਜਿਹੜੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਲੜਾਈ ਲੜ ਰਹੇ, ਮੈਂ ਉਸ ਨਾਲ ਵੀ ਸਹਿਮਤ ਹਾਂ। ਇਸ ਕਰਕੇ ਅਸੀਂ ਸਾਰੇ ਇੱਕ ਹਾਂ, ਔਰ ਮੈਂ ਸਮਝਦਾ ਕਿ ਸਾਰੇ ਪੰਜਾਬ, ਨਾ ਸਿਰਫ ਕਿਸਾਨਾਂ ਨੂੰ, ਪੰਜਾਬ ਦੇ ਦੂਜੇ ਆਵਾਮ ਨੂੰ, ਜਿਹੜੇ ਵਪਾਰੀ ਵਰਗ ਨੇ, ਜਿਹੜੇ ਮਜ਼ਦੂਰ ਵਰਗ ਆ, ਉਹਨਾਂ ਸਭ ਨੂੰ ਇਹਦਾ ਸਾਥ ਦੇਣਾ ਚਾਹੀਦਾ। ਕਿਉਂਕਿ ਅਗਰ ਪੰਜਾਬ ਇਕਨੋਮਿਕਲੀ ਸ਼ੈਟਰ ਹੁੰਦਾ, ਅਗਰ ਪੰਜਾਬ ਦੀ ਆਰਥਿਕਤਾ ਜਿਹੜੀ ਆ ਗਿਰਦੀ ਆ, ਤਾਂ ਉਹਦੇ ਨਾਲ ਸਭ ਦਾ ਭਵਿੱਖ ਗਿਰਦਾ ਵਾ, ਉਹਦਾ ਇਕੱਲਾ ਕਿਸਾਨਾਂ ਦਾ ਭਵਿੱਖ ਨਹੀਂ ਗਿਰਦਾ। ਕਿਉਂਕਿ ਕਿਸਾਨਾਂ ਦੀ ਇਕੋਨਮੀ ਨਾਲ ਜਿਹੜੀ ਐਗਰੋ ਇੰਡਸਟਰੀ ਆ, ਜਿੰਨਾ ਪੰਜਾਬ ਦੇ ਵਿੱਚ ਜਿਹੜਾ ਛੋਟੇ ਵਪਾਰੀ ਦਾ ਵਪਾਰ ਆ ਪਿੰਡਾਂ ਕਸਬਿਆਂ ਦੇ ਵਿੱਚ, ਜਿੰਨਾ ਆੜ੍ਹਤੀਆਂ ਦਾ ਸਿਸਟਮ ਸਾਰਾ, ਇਹ ਸਭ ਨੂੰ ਇਫੈਕਟ ਕਰਦਾ ਵਾ। ਇਸ ਲਈ ਸਭ ਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਹੈ। ਜੀ, ਸਭ ਨੂੰ ਸਪੋਰਟ ਕਰਨੀ ਚਾਹੀਦੀ ਹੈ, ਪਰ ਦੂਸਰੇ ਪਾਸੇ ਅਗਰ ਅਸੀਂ ਪੰਜਾਬ ਦੀ ਕਾਬਜ਼ ਸੱਤਾ ਧਿਰ ਵੱਲ ਦੇਖੀਏ ਤਾਂ ਕਾਂਗਰਸ ਹੱਥ ਖੜੇ ਕਰਦੀ ਹੋਈ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਹੁਣ 25-26-27 ਤਰੀਕ ਨੂੰ ਦਿੱਲੀ ਨੂੰ ਚਾਲੇ ਪਾਉਣ ਦੀ ਜਾਂ ਕਿਸਾਨ ਜਥੇਬੰਦੀਆਂ ਨੇ ਰਣਨੀਤੀ ਬਣਾਈ ਹੈ, ਤੁਹਾਨੂੰ ਕੀ ਲੱਗਦਾ ਕਿ ਅਗਰ ਦਿੱਲੀ ਵੱਲ ਨੂੰ ਅਸੀਂ ਚਾਲੇ ਪਾਉਂਦੇ ਹਾਂ ਤਾਂ ਇਹਨਾਂ ਫਰਕ ਪਏਗਾ ਅਤੇ ਤੁਸੀਂ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੁੰਨੇ ਹੋ? ਬਿਲਕੁਲ, ਮੈਂ ਸਮਝਦਾ, ਦੇਖੋ ਮੈਂ ਤੁਹਾਨੂੰ ਸ਼ੁਰੂ 'ਚ ਵੀ ਕਿਹਾ ਵਾ ਕਿ ਆਪਣੇ ਕੋਲ ਪੀਸਫੁਲ ਪ੍ਰੋਟੈਸਟ ਤੋਂ ਇਲਾਵਾ ਹੋਰ ਰਾਹ ਕੀ ਆ? ਜੇ ਆਪਾਂ ਡਾਂਗਾ ਚੱਕਦੇ ਫੇਰ ਕਹਿੰਦੇ ਜੀ ਐਂਟੀ ਨੈਸ਼ਨਲ ਆ, ਫਿਰ ਇਹ ਖਾਲਿਸਤਾਨੀ ਨੇ, ਫਿਰ ਸਾਡੇ 'ਤੇ ਜੁਆਪਾ ਲਾ ਦਿੰਦੇ ਨੇ। ਇਸ ਕਰਕੇ ਸਾਡੇ ਕੋਲ ਇੱਕੋ ਹੀ ਰਾਹ ਵਾ, ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰਨਾ, ਔਰ ਮੈਂ ਸਮਝਦਾ ਸਭ ਨੂੰ ਜਾਣਾ ਚਾਹੀਦਾ, ਔਰ ਅਸੀਂ ਇਹਦੇ 'ਚ, ਮੈਂ 100%
शमूलियत भी करूँगा। मैं सब नूं अपील करूँगा कि आप 26-27 के इस संघर्ष में अपना अपना बनता हिस्सा पाइए तो दिल्ली चलीए। पंजाब दे कोल कोला मुक रहा है, तेल मुक रहा है, पेट्रोल डीजल मुक रहा है, ये जो चीज़ा कीतियां जा रही ने कही जा रही ने, हुण तां खैर किसान भी पटरियां तो उठ गए ने पर फिर भी ट्रेना नहीं चालू हुई हैं, ये तुहानूं की लगता कि डराण धमकाण की कोशिश की जा रही है या रणनीति? ये सीधी सीधी बदलाखोरी की राजनीति है। पहला ये सीगा कि जरा उन्होंने अंदर खाते नीतियां होंदियां सी, पहला आपां नूं जारा तौर पर दिसदियां नहीं सीगियां, मनसूबे पुराने चले आउंदे ने, पर आ बीजेपी दी गवर्नमेंट ने उहदा पर्दा ला दिता वा। वो कहिंदे असीं हिक ठोक के कहिंदे आ कि असीं तुहानूं कोला नहीं देना, असीं तुहानूं खादा नहीं देनियां जे तुसीं साडियां शर्तां नहीं मानदे। इह पहली बार देख रहे हां कि देश दे फैडरल ढांचे विच एक सेंटर दी सरकार अपनी ही स्टेट नूं इदां ट्रीट कर रही जिद्दां असीं किसे दुश्मन देश दे सूबा हुंदे, असीं भारत दा सूबा ही नहीं हुंदे, इदां दा वतीरा उहनां दा, और इहदे बड़े भैड़े नतीजे निकलणगे। क्योंकि जदों तुसीं अपने ही किसे जिद्दां इक परिवार विच प्यो ही जे अपने बच्चों के नाल गिण मिथ के वितकरा करन लगदे, बच्चे नाराज हो जांदे ने, कई वारी पक्के बच्चे पक्के तौर पर नाराज हो जांदे ने, इस करके अपने परिवार नूं तोड़नगे, अपना ही नुकसान करनगे। पंजाब दे लोकां दे नाल इहनां नूं उहनां दी कुरबानियां याद रखणियां चाहीदियां। इस देश नूं आज़ाद करवाउण विच सब तों ज़्यादा वड्डियां कुरबानियां इस देश दे वास्ते पाकिस्तान तों उजाड़ा करा के आए ने पंजाबी ते सिख, इहदियां फौजां विच सब तों ज़्यादा आ हुणे चाइना दे नाल लड़ाई विच अगर 20 शहीद हुंदे ने तां उहदे चों 25% 4 तबूत पंजाब चों आउंदे ने, आबादी साडी सिर्फ 2 पैसे आ, 1.5 पैसा तबूत आउंदे ने 25 पैसे। इस करके खेडां दे मैदान हर गल विच इहनां ने बहुत वड्डा हिस्सा पाया। इहनां दे नाल वितकरा करके भारत कदी तरक्की नहीं कर सकदा जी, तरक्की नहीं कर सकदा। ते शंभू मोर्चे ते प्रेस कॉन्फ्रेंस दे दौरान यह भी बेनती की गई सी, तुहानूं भी बैंस ब्रदर्स नूं भी की गई सी, गांधी जी नूं भी की गई सी कि जिन्नियां भी धिरां अलग अलग अपनियां जथेबंदियां अपनियां पार्टियां बना के बैठियां ने जो वाकई ही पंजाब दा दर्द रखदियां ने, चाहुंदियां ने कि पंजाब नूं इस गंदी सियासत तों असीं छुटकारा दवाना है, चाहे वह बादल ने या कैप्टन सरकार है या भाजपा है या नवे आ झाड़ू वाले ने, तुसीं भी उहनां दे नाल रहे हो। अगर आम आदमी पार्टी की गल की जाए हुण तुसीं एक नवीं धिर वल वध रहे हो, कि यह पंजाब एक्सपैक्ट कर सकता है कि जिहड़ा धिरां की गल की जाए चाहे छोटेपुर हो गए तुसीं हो गए सारे एक मंच के उत्ते इकट्ठे हो सकते, इन्हां दे नाम लेना तुसीं उन्हां नूं प्राइवेटली पुछो कि किसी ने एफर्ट कदी कीता वा इन्हां सब नूं इकट्ठे करन दी। मैं पिछले 8 महीनों तो घट्टो घट 7-8 मीटिंगां कर चुके इन्हां नाल, अनफॉर्चुनेटली सारे हाँ भी कर जाते हैं, मन भी जाते हैं, ये भी जानते हैं कि कल्ले कल्ले लड़ाई लड़ के फायदा कोई नहीं गा, पर किसी अंजाम से नहीं पहुँचते। ये मैं तुहानूं ऑन कैमरा कह रहा हूँ, और कुछ धिर मैं नाम नहीं लैना हूँ, कुछ धिर इदा दियाँ जिहड़ियां आउंदियां ही नहीं, जिहड़ियां किसी के भी सद्दे ते नहीं आईयां। देयरफोर शंभू मोर्चे ने भी जदों ये कॉल दी है ये सब तो पहला अज तुहानूं डिस्कलोज़ करन गया, ये मेरे कोल आए ने, मैं क्या ये गल नूं हले तुसीं अपने तक रखो, मैनूं तो कोई इतराज़ नहीं पावां, अज ही तुसीं इहनूं सोशल मीडिया से पोस्ट कर सकते हो। मेरे नाल इन्होंने 1.5-2 घंटे मीटिंग की, मैं क्या मैं तुहाडे नाल हां जी, और जिहड़ा तुसीं प्रोग्राम लिखोगे जिहड़ा कोई बनाओगे पार्टियां दा कोई इकट्ठ करोगे मैं सब तो पिछे बैठूंगा बिना किसी अहुदे तो बैठूंगा, पर हुण तुहाडा फर्ज आ कि जिद्दां मैं तुहानूं अनकंडीशनल सपोर्ट दित्ती आ फॉर पंजाब, नॉट फॉर एनी पर्टिकुलर इंडिविजुअल या नॉट फॉर ओनली फॉर शंभू मोर्चा, पंजाब की बेहतरी लई कि सारे लाइक माइंडेड बंदियां नूं इकट्ठे होना चाहिए। ये दीप सिद्धू गवाही देगा, मैं इन्हां नूं कहा भी मेरी कोई शर्त नहीं गी तो हुण अगे चलो, ये मुड़ के आए नहीं मेरे को क्योंकि अगले अख ही नहीं लगे कोई भी, मतलब कि उन्होंने अहदेदारियां प्यारियां ने, चौधरा प्यारियां ने, पंजाब प्यारा है या सिर्फ अहदा जेडे तो साढ़े ना मीटिंगा आते रहे उन्होंने अहदा नहीं प्यारा, नहीं मन नहीं बना सक रहे क्योंकि अक्सर जिंदगी दे हर मोड़ के उत्ते चंगा माड़ा फैसला लेना पैंदा जिंदगी, देन दे हैव नॉट बीन एबल टू बी डिसाइसिव, यू नो, बस ये नुकसा साडे पंजाब दी लई। ठीक है खैर साहब, अंत दे विच 3 नाम लवांगा जो भी जहन दे विच सब तो पहला तुहाडे आंदा है वह तुसीं दस देना, तो उस तो बाद संगत नूं सुनेहा तुहाडा। सरदार प्रकाश सिंह बादल की वो सब तो वड्डा गदार है कौम का जी, तो ज़्यादा की है। कैप्टन अमरिंदर सिंह, कैप्टन अमरिंदर सिंह है तो ट्रडिशनल आउटफिट विचों, पर उदे च दो गल्लां उन्हूं मैं क्रेडिट दे सकदा, एक ताज़ा जिद्दां दे भी सरकमस्टांसिस सीगे दिल्ली दी लोकसभा दे कीती हुई धक्केशाही दे खिलाफ दिल्ली दे तख्त तो खिलाफ जिहड़ा सुनिया घट्टो घट उन्हें इन्नी हिम्मत की है कि पंजाब दी विधानसभा विच उत्थे मता पास कर दिता उल्ट, तो एक उहदा जिहड़ा क्रेडिट जांदा वा टर्मीनेशन ऑफ वाटर्स एग्रीमेंट एक्ट 2004 जिहड़ी पंजाब दी पाणियां दी लड़ाई अज तो शायद 16 साल पहला 17 साल पहला SYL कनाल बन सकता सीगा, उहदे ओह कानून करन नाल
ਤਾਂ ਉਹਦੇ 100 ਗੁਣਾ ਚੰਗਾ ਵਾ ਵੱਡੇ ਬਾਦਲ ਨਾਲੋਂ। ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੂੰ ਸ਼ੁਰੂ ਤਾਂ ਮੈਂ ਵੀ ਚੰਗਾ ਸਮਝਿਆ ਸੀ ਜੀ, ਮੈਂ ਕਿਹਾ ਵੀ ਇਹ ਲੱਗਦਾ ਕਿ ਆਜ਼ਾਦ ਬੰਦਾ ਵਾ, ਇਹ ਬੰਦਾ ਬਾਕੀ ਧਿਰਾਂ ਸਾਰੀਆਂ ਨੂੰ ਇਕੱਠੀਆਂ ਕਰਕੇ ਇੱਕ ਸਹੀ ਪੰਥਕ ਪਲੈਟਫਾਰਮ ਤਿਆਰ ਕਰੇਗਾ। ਮੈਂ ਤਕਰੀਰ 'ਚ ਵੀ ਹੁਣੇ ਕਹਿ ਕੇ ਆਇਆ ਨਾ ਕਿ ਪੰਜਾਬ ਨੂੰ ਕਿਸੇ ਬਦਲ ਦੀ ਲੋੜ ਨਹੀਂ ਸੀਗੀ। ਅਗਰ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਇੱਥੇ ਅਦਾ ਕਰਦਾ ਰਹਿੰਦਾ ਪੰਜਾਬ ਦੇ ਲੋਕਾਂ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ ਅਤੇ ਕਿਸਾਨਾਂ ਦੇ ਪ੍ਰਤੀ, ਕਿਸੇ ਝਾੜੂ ਪਾਰਟੀ ਦੀ ਕਿਸੇ ਬਦਲ ਦੀ ਲੋੜ ਨਹੀਂ ਸੀ। ਜਿੱਦਣ ਇਹ ਅਕਾਲੀ ਦਲ ਇੱਕ ਟੱਬਰ ਨੇ ਕਬਜ਼ਾ ਕਰ ਲਿਆ ਬਾਦਲ ਦੇ ਨੇ, ਉਦਣ ਤੋਂ ਉਹਦਾ ਨੁਕਸਾਨ। ਅਤੇ ਜਿੱਦਣ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੇ ਦਿਨ ਕਾਲ ਜਿੱਦਣ ਗੱਲਾਂ ਕੀਤੀਆਂ, ਆਈ ਥੋਟ ਕਿ ਹੀ ਮਾਈਟ ਰਾਈਜ਼ ਅਬਵ ਸਮਾਲ ਪਾਰਟੀਜ਼ਨ ਯੂ ਨੋ ਪਲੈਟਫਾਰਮਸ ਐਂਡ ਇਹ ਕੋਸ਼ਿਸ਼ ਕਰੂ ਕਿ ਸਾਰਿਆਂ ਨੂੰ ਇੱਕ ਥਾਂ ਦੇ ਉੱਤੇ ਲਿਆਵਾਂ ਮੈਂ। ਪਰ ਮੈਨੂੰ ਲੱਗਦਾ ਕਿ ਜਿਹੜੀ ਉਦਣ ਦੀ ਤਕਰੀਰ ਸੀ 100 ਸਾਲਾਂ ਵਾਲੀ ਜਿਹੜੀ SGPC ਦੀ, ਨਹੀਂ ਉਹਦੇ 'ਤੇ ਮੈਨੂੰ ਫਿਰ ਉਹਨਾਂ 'ਤੇ ਇਹੀ ਗਿਲਾ ਵਾ ਕਿ ਨਹੀਂ ਤੁਹਾਡਾ, ਤੁਸੀਂ ਤਾਂ ਅਕਾਲ ਤਖਤ ਦੇ ਜਥੇਦਾਰ ਹੋ, ਅਕਾਲ ਤਖਤ ਦਾ ਜਥੇਦਾਰ ਇੱਕ ਧਿਰ ਦਾ ਬੁਲਾਰਾ ਕਿਉਂ ਬਣ ਰਿਹਾ ਸੀਗਾ? ਉਹਨੂੰ ਚਾਹੀਦਾ ਸੀ ਕਿ ਸਾਰੀਆਂ ਧਿਰਾਂ ਅੱਜ ਮੈਂ ਡਿਸੋਲਵ ਕਰਦਾ ਵਾਂ, ਜਿੰਨੇ ਵੀ ਅਕਾਲੀ ਧਿਰਾਂ ਫਿਰਦੀਆਂ ਨੇ ਇੱਥੇ ਇਹ ਸਾਰੀਆਂ ਮੈਂ ਅੱਜ ਹੁਕਮ ਦਿੰਦਾ ਵਾਂ ਕਿ ਇੱਥੇ ਆ ਜਾਓ, ਆਪਣੇ ਆਪਣੇ ਸਾਰੀਆਂ ਦਲਾਂ ਨੂੰ ਕਰ ਦਿਓ ਇੱਥੇ ਖਤਮ ਖਾਰਜ, ਅਤੇ ਅਸਲ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਡੇ ਪੁਰਖਿਆਂ ਨੇ 100 ਸਾਲ ਪਹਿਲਾਂ ਲੜ ਭਿੜ ਕੇ ਮਹੰਤਾਂ ਨੂੰ ਗੁਰਦੁਆਰਿਆਂ 'ਚੋਂ ਕੱਢ ਕੇ ਇੱਕ ਕੀ ਕਹਿੰਦੇ ਅਸੂਲਾਂ ਵਾਲੀ ਪਾਰਟੀ ਜਿਹੜੀ ਅਸਲ 'ਚ ਮੀਰੀ ਪੀਰੀ ਦੇ ਸਿਧਾਂਤ 'ਤੇ ਸਹੀ ਟੁੱਕਦੀ ਸੀ, ਉਹ ਬਣਾਉਣੀ ਚਾਹੀਦੀ ਸੀ ਇਹਨੂੰ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਸੰਤਾਂ ਦਾ ਬਹੁਤ ਵੱਡਾ ਸੰਘਰਸ਼ ਹੈ, ਇਹਦੇ 'ਚ ਕੋਈ ਸ਼ੁਬਾ ਨਹੀਂ ਗਾ, ਬਹੁਤ ਵੱਡੀ ਕੁਰਬਾਨੀ ਹੈ ਜੀ। ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਚਾਹੁੰਦੇ ਹਾਂ ਕਿ ਯੁਆਪਾ ਕਾਨੂੰਨ ਲੱਗੇ ਇਹਦੇ 'ਤੇ, ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੰਤ ਦੇ ਵਿੱਚ? ਸੰਗਤ ਨੂੰ ਤਾਂ ਮੇਰਾ ਇਹੀ ਆ ਕਿ ਸਾਰੇ ਪੰਜਾਬ ਦੇ ਲੋਕਾਂ ਨੂੰ ਪਛਾਣਨਾ ਚਾਹੀਦਾ ਵਾ ਕਿ ਕੌਣ ਤੁਹਾਡੇ ਹਿਤੈਸ਼ੀ ਨੇ ਅਤੇ ਕੌਣ ਤੁਹਾਡੇ ਦੁਸ਼ਮਣ ਨੇ। ਆਪਾਂ ਅਰਸੇ ਤੋਂ ਇਹਨਾਂ ਦੀ ਚੁੰਗਲ ਵਿੱਚ ਫਸੇ ਹੋਏ ਹਾਂ, ਔਰ ਇਹਨਾਂ ਲੋਕਾਂ ਦੀ ਬਦੌਲਤ ਜਿਨ੍ਹਾਂ ਦਾ ਨਾਮ ਲੈ ਰਹੇ ਸੀਗੇ, ਉਹਨਾਂ ਦੀ ਬਦੌਲਤ ਸਾਡੇ ਬੱਚੇ ਸਾਰੇ ਵਿਦੇਸ਼ਾਂ ਨੂੰ ਭੱਜ ਗਏ ਨੇ। ਔਰ ਜੇ ਇਹੀ ਨੀਤੀਆਂ ਰਹੀਆਂ ਤਾਂ ਰਹਿੰਦਾ ਖੁੰਦਾ ਵੀ ਯੂਥ ਇੱਥੋਂ ਭੱਜ ਜਾਵੇਗਾ, ਅਤੇ ਜਿਹੜੇ ਵਿਚਾਰੇ ਗਰੀਬ ਗੁਰਬੇ ਨੇ ਉਹਨਾਂ ਨੂੰ ਨਸ਼ੇ 'ਚ ਧੱਕਤਾ ਵਾ। ਇਸ ਕਰਕੇ ਆਪਣੇ ਭਵਿੱਖ ਨੂੰ ਸੰਭਾਲਣ ਵਾਸਤੇ ਆਹ ਜਿਹੜਾ ਸੰਘਰਸ਼ ਚੱਲ ਰਿਹਾ ਵਾ, ਭਾਵੇਂ ਉਹ ਇੱਕ ਹਲੇ ਐਗਰੀਕਲਚਰ ਲੋਜ਼ ਤੱਕ ਸੀਮਿਤ ਆ, ਇਹਨੂੰ ਆਪਾਂ ਨੂੰ ਕਾਮਯਾਬ ਕਰਨਾ ਆਪਣਾ ਸਭ ਦਾ ਨੈਤਿਕ ਫਰਜ਼। ਬਹੁਤ ਬਹੁਤ ਧੰਨਵਾਦ ਸਰ ਨਾਲ ਗੱਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਅੰਤ ਦੇ ਵਿੱਚ ਕੋਈ ਗੱਲ ਕਹਿਣਾ ਚਾਹਾਂਗਾ ਕਿ ਸੁਖਪਾਲ ਸਿੰਘ ਖਹਿਰਾ ਜੀ ਨੇ ਵੀ ਆਪਣੇ ਦਿਲ ਦੀਆਂ ਭਾਵਨਾਵਾਂ ਤੁਹਾਡੇ ਨਾਲ ਜ਼ਾਹਿਰ ਕੀਤੀਆਂ, ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸਾਨੂੰ ਆਪ ਸਮਝਣਾ ਚਾਹੀਦਾ ਕਿ ਸੰਤਾਂ ਦਾ ਨਾਮ ਲੈਂਦੇ ਹੋਏ ਆਖਿਰ ਅਸੀਂ ਕਿਉਂ ਕਤਰਾਉਂਦੇ ਹਾਂ, ਕਿਉਂ ਡਰਦੇ ਹਾਂ, ਕਿਉਂਕਿ ਉਹ ਸਾਡੇ 20ਵੀਂ ਸਦੀ ਦੇ ਸਭ ਤੋਂ ਵੱਡੇ ਨਾਇਕ ਨੇ, ਅਤੇ ਜੇਕਰ ਸਰਕਾਰਾਂ ਉਹਨਾਂ ਨੂੰ ਵੱਖਵਾਦੀ ਅੱਤਵਾਦੀ ਕਹਿੰਦੀਆਂ ਨੇ ਤਾਂ ਕਿਤੇ ਨਾ ਕਿਤੇ ਸਾਨੂੰ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਵੱਡੇ ਵੱਡੇ ਮੰਤਰੀ ਸੰਤਰੀ ਡਰਦੇ ਨੇ ਨਾਮ ਲੈਂਦੇ ਹੋਏ, ਅਸੀਂ ਨਹੀਂ ਡਰਦੇ। ਅਸੀਂ ਪ੍ਰਚਾਰ ਕੱਲ੍ਹ ਵੀ ਕਰਦੇ ਸੀ, ਅੱਜ ਵੀ ਕਰਦੇ ਹਾਂ, ਕੱਲ੍ਹ ਵੀ ਕਰਦੇ ਰਹਾਂਗੇ, ਕਿਉਂਕਿ ਉਹ ਕੌਮ ਦੇ ਹੀਰੇ ਨੇ, ਹੀਰੇ ਰਹਿਣਗੇ। ਅਤੇ ਜੋ ਮੋਰਚੇ ਲੱਗੇ ਹੋਏ ਨੇ, ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗਾ, ਵੱਧ ਚੜ੍ਹ ਕੇ ਮੋਰਚਿਆਂ 'ਤੇ ਪਹੁੰਚਿਆ ਕਰੋ, ਹਾਜ਼ਰੀਆਂ ਆਪਣੀਆਂ ਭਰਿਆ ਕਰੋ, ਪੰਜਾਬ ਦਾ ਭਵਿੱਖ ਨਵੇਂ ਸਿਰੇ ਤੋਂ ਲਿਖਿਆ ਜਾ ਰਿਹਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ, ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਦਿਓ ਇਜਾਜ਼ਤ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।